पिछले काफ़ी समय से अमर नगर गुलाब देवी हस्पाल रोड स्थित अमर नगर भगवती मंदिर वाली गली में किसी ने एक बेढंगा सा स्पीड ब्रेकर बनवा रखा था, जो कि वहां से गुजरने वाले राहगीरों के लिए मुसीबत बना हुआ था। इस बाबत कई बार राहगीरों ने इलाका के जिम्मेवार लोगों को इस स्पीड ब्रेकर को तोड़ने के लिए कहा भी, परंतु किसी ने भी उनकी बातों की तरफ ध्यान नहीं दिया। कई लोगों को गिरने के कारण मामूली चोटें भी आईं। इलाका के लोगों ने समाज सेवक तथा एंटी करप्शन सोसाइटी के उप प्रधान श्री जीवन शर्मा को स्पीड ब्रेकर की समस्या से अवगत कराया, तो जीवन शर्मा ने तुरंत पहल के आधार पर इलाका निवासियों की मदद से उस वक्त स्पीड ब्रेकर तोड़वा दिया। ਜਦੋਂ ਸਪੀਡ ਬ੍ਰੇਕਰ ਸੀਗਾ ਰੋਜ਼ ਲੰਘਦੇ ਹੋ ਅਤੇ ਪ੍ਰੋਬਲਮ ਆਉਂਦੀ ਸੀ ਲੰਘਣ 'ਚ ਚਲੋ ਹੁਣ ਠੀਕ ਹੈ ਲੋਕ ਬੰਦਿਆਂ ਨਾਲ ਗੱਲ ਕਰਨੀ ਸਰ ਤੁਸੀਂ ਰੋਜ਼ ਲੰਘਦੇ ਇੱਥੋਂ ਸਪੀਡ ਬ੍ਰੇਕਰ ਦੀ ਤੁਹਾਨੂੰ ਪ੍ਰੋਬਲਮ ਤਾਂ ਨਹੀਂ ਕੋਈ ਹੋਰ ਕੀ ਪ੍ਰੋਬਲਮ ਸੀ ਅੱਛਾ ਅੱਛਾ ਹਾਂਜੀ ਠੀਕ ਹੋ ਗਿਆ ਥੈਂਕ ਯੂ ਤੁਹਾਡਾ ਸਰ ਕੀ ਨਾਂ ਤੁਹਾਡਾ ਅੱਛਾ ਤੁਸੀਂ ਜਦੋਂ ਇੱਥੋਂ ਰੇਲੀ ਲੰਘਦੇ ਸੀਗੇ ਤੁਹਾਨੂੰ ਦਿੱਕਤ ਆਉਂਦੀ ਸੀ ਕੋਈ ਬਹੁਤ ਦਿੱਕਤ ਆਉਂਦੀ ਮੈਂ ਦੋ ਵਾਰੀ ਡਿੱਗਿਆ ਵੀ ਹਾਂ ਅੱਛਾ ਅਤੇ ਡਿੱਗਣ ਨਾਲ ਤੁਹਾਨੂੰ ਪ੍ਰੋਬਲਮ ਵੀ ਆਈ ਕੋਈ ਪ੍ਰੋਬਲਮ ਆਈ ਹੈ ਕਾਫੀ ਆਈ ਹੈ ਬਚਾਅ ਹੁੰਦਾ ਰਿਹਾ ਬਚਾਅ ਹੋ ਗਿਆ ਲੋਕਾਂ ਨੇ ਸੰਭਾਲ ਲਿਆ ਹਾਂਜੀ ਪਰ ਇਹ ਸਪੀਡ ਬ੍ਰੇਕਰ ਤੁਹਾਡੇ ਸਾਹਮਣੇ ਸਹੀ ਸੀ ਗਲਤ ਸੀਗਾ ਗਲਤ ਸੀਗਾ ਗਲਤ ਸੀਗਾ ਅੱਗੋਂ ਤੋਂ ਮੱਲੇ 'ਚ ਇੱਦਾਂ ਤਾਂ ਸਪੀਡ ਬ੍ਰੇਕਰ ਵੀ ਬਣੇ ਗਲਤ ਹੋਏਗਾ ਗਲਤ ਹੋਏਗਾ ਨਾ ਚਲੋ ਥੈਂਕ ਯੂ ਸੋ ਮਚ इलाका निवासियों की पुरजोर मांग है कि आने वाले नगर निगम चुनावों में वार्ड वासियों ने जीवन शर्मा को कांग्रेस पार्टी की तरफ से वार्ड नंबर 71 के लिए टिकट देने की कांग्रेस हाईकमान से मांग की है। श्री जीवन शर्मा ने कहा कि वार्ड मेरा परिवार की तरह है और वार्ड वासियों की समस्या उनकी समस्या है, अतः वह हर समय वार्ड वासियों की मदद के लिए तत्पर है। ਇੱਥੇ ਸਾਡਾ ਕੰਮ ਨਹੀਂ ਹੋ ਰਿਹਾ ਕੰਮ ਨਹੀਂ ਹੋ ਰਿਹਾ ਕਹਿਣ ਦਾ ਮਤਲਬ ਕੀ ਹੈ ਸਾਡੀ ਜਿਹੜੀ ਸੜਕ ਬਣੀ ਵੀ ਹੈ ਸਾਡੇ ਕੌਂਸਲਰ ਸਾਹਿਬ ਨੇ ਬਣਾਈ ਹੈ ਉਹ ਸਹੀ ਨਹੀਂ ਬਣਾਈ ਅਸੀਂ ਉਹ ਤੋਂ ਪੈਸੇ ਵੀ ਲਾਈ ਜਾਂਦੇ ਹਾਂ ਮੱਛਰ ਵੀ ਪਾਲੀ ਜਾਂਦੇ ਨੇ ਆ ਦੱਸੋ ਹੁਣ ਕਿੱਦਾਂ ਕਰੀਏ ਆਪਾਂ ਇਹ ਪਾਣੀ ਖਲੋਤਾ ਜਾਂਦੇ ਜੀ ਮੱਛਰ ਬਹੁਤ ਹੈ ਹਾਂਜੀ ਹਾਂਜੀ ਤੁਹਾਨੂੰ ਕੀ ਸਮੱਸਿਆ ਆ ਰਹੀ ਹੈ ਸਮੱਸਿਆ ਮਾਰਿਆ ਕਸਟਮਰ ਆਉਂਦਾ ਦੁਕਾਨ ਦੇ ਵਿੱਚ ਦਿਮਾਗ ਕਿੱਦਾਂ ਆਜੂਗਾ ਦੁਕਾਨ ਦੇ ਵਿੱਚ ਕਿੱਦਾਂ ਹੋਊਗਾ ਕਸਟਮਰ ਮਹਾਰਾਜ ਕਸਟਮਰ ਮੂਹਰੇ ਪਾਣੀ ਖੜਾ ਵਾ ਅੱਛਾ ਹੁਣ ਹਜੇ ਕਿੱਦਾਂ ਟੱਪ ਕੇ ਕਸਟਮਰ ਆਊਗਾ ਅਸੀਂ ਮਹਾਰਾਜ ਦੁਕਾਨਦਾਰ ਬਹੁਤ ਸਾਰੇ ਪਰੇਸ਼ਾਨ ਹੋਏ ਹੋਏ ਆ ਤੁਸੀਂ ਇਹ ਥੋੜ੍ਹਾ ਹੱਲ ਕਰੋ ਤੁਸੀਂ ਐਮ ਸੀ ਨਾਲ ਗੱਲ ਕੀਤੀ ਨਹੀਂ ਜੀ ਸਾਡੀ ਕੋਈ ਗੱਲ ਨਹੀਂ ਹੋਈ ਇੱਦਾਂ ਦੀ ਸਾਡੀ ਤਾਂ ਕੋਈ ਗੱਲ ਨਹੀਂ ਹੋਈ ਹੈ ਪ੍ਰਧਾਨ ਨਾਲ ਚਲੋ ਬਾਕੀ ਤੁਹਾਡਾ ਮੈਸੇਜ ਅਸੀਂ ਐਮ ਸੀ ਸਾਹਿਬ ਦਾ ਪਹੁੰਚਾ ਦਿੰਦੇ ਹਾਂ ਠੀਕ ਹੈ ਜੀ ਉਹਨੂੰ ਕਹਿੰਦੇ ਜਲਦੀ ਜਲਦੀ ਕਾਰਵਾਈ ਪਾਓ ਬਹੁਤ ਜੀ ਮਿਹਰਬਾਨੀ ਹੋਊਗੀ ਤੁਹਾਡੀ ਅਸੀਂ ਕਹਿੰਦੇ ਸਾਡੇ ਚੀਜ਼ ਦਾ ਥੋੜ੍ਹਾ ਨਿਬੇੜਾ ਹੋਵੇ ਸਾਡਾ ਸਾਰੀ ਗਲੀ ਬਣਾਈ ਆ ਸਾਰਾ ਸੜਕਾਂ ਬਣੀਆਂ ਪਰ ਦੇਖਦੇ ਸਾਡੀ ਇਹ ਚੀਜ਼ ਦਾ ਛੁਟਕਾਰਾ ਨਹੀਂ ਹੋਇਆ ਮੱਛਰਾਂ ਕਰਕੇ ਤੁਹਾਨੂੰ ਹੋਰ ਪ੍ਰੋਬਲਮ ਕੀ ਆਈ ਹੈ ਮੱਛਰ ਬਹੁਤ ਜੀ ਮੇਰੀ ਗੱਲ ਨਹੀਂ ਸਮਝੇ ਉੱਦਾਂ ਉਹ ਕਹਿੰਦੇ ਉਹ ਕਰਾਓ ਸਵੱਛ ਇੰਡੀਆ ਸਵੱਛ ਇੰਡੀਆ ਹੈ ਸਵੱਛ ਇੰਡੀਆ ਕਈ ਕਰਾਈਏ ਜੇ ਸਾਡੇ ਆਪਣੇ ਘਰ ਦੇ ਮੂਹਰੇ ਪਾਣੀ ਖੜਾ ਹੋਵੇ ਤੁਹਾਡੇ ਸਾਹਮਣੇ ਸੜਕਾਂ ਦਾ ਲੈਵਲ ਠੀਕ ਨਹੀਂ ਹੈ ਨਹੀਂ ਲੇਵਰ ਠੀਕ ਨਹੀਂ ਹੈਗਾ ਪਿੱਛੋਂ ਸਾਰੀਆਂ ਸੜਕਾਂ ਸਹੀ ਬਣੀਆਂ ਵੀ ਆ ਲੇਕਿਨ ਸਾਡੇ ਕੋਲ ਇੱਥੇ ਦੁਕਾਨਦਾਰਾਂ ਕੋਲ ਆ ਕੇ ਬਹੁਤ ਤੰਗੀ ਹੋਈ ਵੀ ਹੈ ਦੁਕਾਨਦਾਰ ਬਹੁਤ ਤੰਗ ਹੋਏ ਵੀ ਆ ਇਸ ਬਾਰੇ ਕੋਈ ਹੱਲ ਕਰੋ ਸਿੱਧੀ ਗੱਲ ਆ
जलंधर से जीवन शर्मा की रिपोर्ट।